ਕਿੱਥੇ ਚੱਲ ਰਿਹਾ ਚਿੱਟੇ ਸੋਨੇ ਦਾ ਕਾਲਾ ਕਾਰੋਬਾਰ? ਕਿਉਂ ਨਹੀਂ ਖੁੱਲ ਰਹੀ ਸੁੱਤੇ ਡੀਸੀ ਦੀ ਨੀਂਦ? ਹਾੜੇ ਪਾਪਾ ਥੱਕੇ ਸਥਾਨਕ ਲੋਕ, ਕਿਉਂ ਕੰਨਾਂ ਚ ਰੂੰ ਪਾਈ ਬੈਠਾ ਹੈ ਡੀਸੀ? ਲੁਧਿਆਣਾ ਤੋਂ 21.5 ਕਿਲੋਮੀਟਰ ਦੂਰ ਹੈ ਪਿੰਡ ਰਾਏਪੁਰ। ਇੰਜ ਤਾਂ ਬੜਾ ਹੀ ਸ਼ਾਂਤ ਤੇ ਪੰਜਾਬ ਦੇ ਬਾਕੀ ਪਿੰਡਾਂ ਵਾਂਗ ਹੀ ਹੈ ਰਾਏਪੁਰ, ਅਤੇ ਦਿਨ ਨੂੰ ਕੰਮ ਬਹੁਤ ਹੀ ਆਮ ਵਾਂਗ ਚੱਲਦਾ ਹੈ। ਪਰ ਰਾਤ ਹੁੰਦਿਆਂ ਹੀ ਸ਼ੋਰ ਸ਼ਰਾਬਾ, ਟਿੱਪਰ ਤੇ ਟਰਾਲੀਆਂ ਦੀਆਂ ਆਵਾਜ਼ਾਂ ਰਾਤ ਦੇ ਅਮਨ ਚੈਨ ਵਿੱਚ ਖਲਲ ਪਾਉਂਦੀਆਂ ਨੇ। ਇਹ ਆਵਾਜ਼ਾਂ ਉਸ ਚਿੱਟੇ ਸੋਨੇ ਦੇ ਕਾਲੇ ਕਾਰੋਬਾਰ ਦੇ ਦਾਅਵਿਆਂ ਨੂੰ ਜੋ ਚੱਲ ਰਿਹਾ ਸਿਲਕੇਆਣਾ ਖੱਡ ਵਿੱਚ। ਇਹ ਅਸੀਂ ਨਹੀਂ ਬਲਕਿ ਇਹ ਤਸਵੀਰਾਂ ਬਿਆਨ ਕਰਦੀਆਂ ਨੇ। ਇੰਜ ਵੀ ਕੈਮਰੇ ਦੀ ਅੱਖ ਕਦੇ ਝੂਠ ਨਹੀਂ ਬੋਲਦੀ, ਜੋ ਵਿਖਦਾ ਹੈ ਉਹੀ ਵਿਖਾਉਂਦਾ ਹੈ। ਕੈਮਰੇ ਦੀਆਂ ਤਸਵੀਰਾਂ ਤੇ ਮੋਹਰ ਲਾਉਂਦੇ ਨੇ ਰਾਏਪੁਰ ਅਰਾਈਆਂ ਦੇ ਵਸਨੀਕ, ਜੋ ਕਈ ਵਾਰ ਇੱਥੋਂ ਦੀ ਮਾਈਨਿੰਗ ਖਿਲਾਫ ਧਰਨੇ ਤੱਕ ਦੇ ਚੁੱਕੇ ਨੇ, ਪਰ ਸਭ ਬੇਅਸਰ ਬੇਕਾਰ। ਜਿਹੜੀ ਇਹਨਾਂ ਦੀ ਓਵਰਲੋਡਿੰਗ ਆ ਇਹ ਬੰਦ ਕੀਤੀ ਜਾਵੇ, ਜੇ ਇਹ ਕਾਨੂੰਨੀ ਤੌਰ 'ਤੇ ਚੱਲ ਰਿਹਾ ਆ, ਇਹਨੂੰ ਕਾਨੂੰਨੀ ਲੀਗਲ ਤੌਰ 'ਤੇ ਚਲਾਇਆ ਜਾਵੇ, ਇਹ ਅਨਲੀਗਲ ਤੌਰ 'ਤੇ ਇਹਨੂੰ ਜਿਹੜਾ ਚਲਾਉਣਾ ਉਹ ਬੰਦ ਕੀਤਾ ਜਾਵੇ। ਦਿਨ ਬ ਦਿਨ ਰੇਤ ਜਿਹੜਾ ਮਹਿੰਗਾ ਹੋ ਰਿਹਾ ਵਾ, 25-30 ਹਜ਼ਾਰ ਦਾ ਟਿੱਪਰ ਆ, ਉਹ ਸਰਕਾਰੀ ਰੇਟ 2000 ਰੁਪਈਆ ਉਹਦਾ, ਆਮ ਜਨਤਾ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ, ਦਿਨੋਂ ਦਿਨ ਨੁਕਸਾਨ ਹੋ ਰਿਹਾ। ਪ੍ਰਸ਼ਾਸਨ ਨੂੰ ਇਹੀ ਅਪੀਲ ਆ ਵੀ ਆਮ ਲੋਕਾਂ ਬਾਰੇ ਸੋਚਣਾ ਚਾਹੀਦਾ ਉਹਨਾਂ ਨੂੰ। ਦਰਅਸਲ ਪੰਜਾਬ ਵਿੱਚ ਮਾਈਨਿੰਗ ਲਈ ਕਾਇਦੇ ਕਾਨੂੰਨ ਬਣਾਏ ਗਏ ਨੇ, ਜਿਨ੍ਹਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ। ਨਦੀਆਂ, ਨਹਿਰਾਂ, ਹੜ੍ਹ ਰੋਕੂ ਰੋਡ, ਸੜਕਾਂ, ਰੇਲਵੇ ਲਾਈਨਾਂ, ਪੁਲਾਂ, ਟਾਂਚਿਆਂ ਤੇ ਨਾਲ ਲੱਗਦੇ ਖੇਤਰਾਂ 'ਚ ਖੁਦਾਈ ਤੇ ਰੋਕ। ਸਤਲੁਜ, ਰਾਵੀ, ਬਿਆਸ, ਘੱਗਰ ਅਤੇ ਚੱਕਕੀ 'ਚ ਹੜ੍ਹ ਰੋਕਣ ਦੇ ਲਈ 500 ਮੀਟਰ ਤੱਕ ਖੁਦਾਈ ਤੇ ਰੋਕ। ਮੈਲਾਫਾਈਡ ਮਾਈਨ ਰੈਗੂਲੇਸ਼ਨ, 1961 ਮੁਤਾਬਿਕ 3 ਫੁੱਟ ਤੋਂ ਹੇਠਾਂ ਖੁਦਾਈ ਤੇ ਰੋਕ। ਪਿੰਡ ਦੇ ਘੇਰੇ ਤੋਂ 10 ਮੀਟਰ ਤੱਕ ਖੁਦਾਈ ਨਹੀਂ ਕੀਤੀ ਜਾਏਗੀ। 7.5 ਮੀਟਰ ਦੇ ਘੇਰੇ ਤੋਂ ਬਾਹਰ ਕਿਸੇ ਵੀ ਕਿਸਮ ਦੀ ਖੁਦਾਈ ਤੇ ਰੋਕ। ਦਰਿਆਵਾਂ ਵਿੱਚ 3 ਮੀਟਰ ਡੂੰਘਾ ਜਾਂ ਪਾਣੀ ਦੇ ਟੇਬਲ ਤੱਕ ਵੱਧ ਤੋਂ ਖੁਦਾਈ ਦੀ ਪ੍ਰਵਾਨਗੀ। ਨਦੀਆਂ, ਜਲ ਭੰਡਾਰਾਂ, ਟੈਂਕ ਜਾਂ ਹੋਰ ਜਨਤਕ ਸੜਕ ਜਾਂ ਰਿਹਾਇਸ਼ ਕੋਲ ਖੁਦਾਈ ਨਹੀਂ। ਖੁਦਾਈ ਦਾ ਕੰਮ ਦਿਨ ਵੇਲੇ ਹੋਣਾ ਚਾਹੀਦਾ। ਠੇਕੇਦਾਰਾਂ ਦੀ ਦਲੀਲ, ਕਾਨੂੰਨੀ ਢੰਗ ਨਾਲ ਹੀ ਹੋ ਰਹੀ ਹੈ ਖੁਦਾਈ। ਪ੍ਰਬੰਧਕ ਹਿਮਾਂਸ਼ੂ ਦਾ ਦਾਅਵਾ, 200 ਰੁਪਏ ਸੈਂਕੜਾ ਰੇਤ ਦਾ ਰੇਟ, 2000 ਚ ਭਰਦਾ ਟਿੱਪਰ। ਕੀ ਹੋ ਰਿਹਾ? ਸਤਲੁਜ ਦਰਿਆ ਦੇ ਕੰਢਿਓ ਹੋ ਰਹੀ ਹੈ ਖੁਦਾਈ। ਸਤਲੁਜ ਦਰਿਆ ਨੂੰ ਵੀ ਨਹੀਂ ਬਖਸ਼ਿਆ ਗਿਆ। ਖੁਦਾਈ ਕਰਕੇ 5 ਤੋਂ 10 ਫੁੱਟ ਤੱਕ ਡੂੰਘੇ ਖੱਡੇ ਬਣੇ। ਪਿੰਡ ਵਾਲੇ ਕਈ ਵਾਰ ਖੁਦਾਈ ਖਿਲਾਫ ਦੇ ਚੁੱਕੇ ਨੇ ਧਰਨਾ। ਖੱਡ ਚੋਂ ਟਰਾਲੀਆਂ ਤੇ ਟਿੱਪਰਾਂ 'ਚ ਤੈਅ ਮਿਆਦ ਤੋਂ ਵੱਧ ਪਰਾਈ। ਹਰੇਕ ਟਿੱਪਰ ਟਰਾਲੇ ਦੇ ਲਈ ਸਰਕਾਰੀ ਰੇਟ ਤੋਂ ਵੱਧ ਵਸੂਲੀ।
ਪਿੰਡ ਰਾਏਪੁਰ ਤੱਕ ਹੋ ਰਹੀ ਹੈ ਖੁਦਾਈ। ਜ਼ਿਆਦਾਤਰ ਟਰਾਲੀਆਂ ਬਿਨਾਂ ਕੰਢੇ ਦੇ ਬਾਹਰ ਕੱਢੀਆਂ ਜਾਂਦੀਆਂ ਨੇ। ਵੱਡਾ ਇਲਜ਼ਾਮ, ਸੇਲਕਿਆਣਾ ਖੱਡ ਵਿੱਚ ਰਾਤ ਵੇਲੇ ਹੀ ਚੱਲਦਾ ਹੈ ਖੁਦਾਈ ਦਾ ਕਾਰਜ। ਮਨਮਰਜ਼ੀ ਮੁਤਾਬਿਕ ਵਸੂਲੇ ਜਾ ਰਹੇ ਨੇ ਰੇਟ। ਇਹ ਤਾਂ ਸੀ ਕੀ ਹੋਣਾ ਚਾਹੀਦਾ ਹੈ ਅਤੇ ਕੀ ਹੋ ਰਿਹਾ ਹੈ। ਹੁਣ ਸੁਣੋ ਕੁਝ ਅਜਿਹੇ ਤੱਥ ਜੋ ਇਹ ਸਿੱਧ ਕਰਦੇ ਨੇ ਕਿ ਦਾਲ ਵਿੱਚ ਕਾਲਾ ਨਹੀਂ ਬਲਕਿ ਪੂਰੀ ਦਾਲ ਹੀ ਕਾਲੀ ਹੈ। ਸੇਲਕਿਆਣਾ ਖੱਡ ਨੂੰ ਮਨਜ਼ੂਰੀ ਹੈ ਕਰੀਬ 4 ਏਕੜ ਖੁਦਾਈ ਦੀ, ਪਰ ਪੁੱਟੀ ਜਾ ਰਹੀ ਹੈ 14 ਏਕੜ। ਰੋਜ਼ਾਨਾ 4 ਤੋਂ 7 ਟਿੱਪਰ ਭਰੇ ਜਾਣ ਦੀ ਮਨਜ਼ੂਰੀ, ਪਰ ਭਰੇ ਜਾ ਰਹੇ ਨੇ 15 ਤੋਂ 20 ਟਿੱਪਰ। ਹੱਥ ਨਾਲ ਖੁਦਾਈ ਦੀ ਹੀ ਪ੍ਰਵਾਨਗੀ, ਪਰ ਇੱਥੇ ਪੋਲਗਾ ਮਸ਼ੀਨਾਂ ਦਾ ਕੀਤਾ ਜਾ ਰਿਹਾ ਇਸਤੇਮਾਲ। ਚੇਨ ਮਾਊਂਟਡ ਮਸ਼ੀਨ ਤੇ ਹਾਈ ਕੋਰਟ ਨੇ ਲਾਈ ਹੈ ਰੋਕ, ਪਰ ਇੱਥੇ ਇਸਤੇਮਾਲ ਵਿੱਚ ਲਿਆਂਦੀ ਜਾ ਰਹੀ ਹੈ ਮਸ਼ੀਨ। ਇੱਕ ਅੰਦਾਜ਼ੇ ਮੁਤਾਬਿਕ ਇੱਕ ਟਿੱਪਰ ਤੇ ਖਰਚ ਆਉਂਦਾ ਹੈ ਕਰੀਬ 7000 ਰੁਪਏ, ਪਰ ਇੱਕ ਟਿੱਪਰ ਪਿੱਛੇ 18 ਤੋਂ 20000 ਦੀ ਕਮਾਈ ਰੋਜ਼ਾਨਾ। ਮਹੀਨੇ ਵਿੱਚ ਹਜ਼ਾਰਾਂ ਟਿੱਪਰ ਭਰੇ ਜਾਂਦੇ ਨੇ। ਹੋਰ ਤਾਂ ਹੋਰ, ਸਿਰਫ 18 ਟਨ ਰੋਜ਼ਾਨਾ ਟਿੱਪਰ ਭਰਨ ਦੀ ਹੀ ਇਜਾਜ਼ਤ, ਪਰ ਭਰੇ ਜਾ ਰਹੇ ਨੇ 35 ਤੋਂ 40 ਫੀਟ ਟਿੱਪਰ। ਇਸਦਾ ਸਿੱਧਾ ਸਿੱਧਾ ਅਰਥ ਹੈ ਕਿ ਇੱਕ ਦਿਨ ਵਿੱਚ 100 ਟਿੱਪਰ ਇੱਕ ਖੱਡ ਤੋਂ ਜਾਂਦਾ ਹੈ, ਤਾਂ ਇੱਕ ਦਿਨ ਦੀ ਕਮਾਈ ਬਣਦੀ ਹੈ 18 ਲੱਖ ਰੁਪਏ। ਹੋਰ ਸੁਣੋ, ਖੱਡ ਵਾਲੀ ਥਾਂ ਦੀ ਘੇਰਾਬੰਦੀ ਹੋਣੀ ਚਾਹੀਦੀ ਹੈ ਜਾਂ ਝੰਡੀਆਂ ਲੱਗੀਆਂ ਹੋਣ, ਪਰ ਇੱਥੇ ਨਾ ਝੰਡੀਆਂ ਲੱਗੀਆਂ ਅਤੇ ਨਾ ਹੀ ਘੇਰਾਬੰਦੀ ਹੋਈ ਹੈ। ਇਨ੍ਹਾਂ ਸਭ ਇਲਜ਼ਾਮਾਂ ਤੋਂ ਖੱਡ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਭ ਨਿਯਮਾਂ ਦੇ ਮੁਤਾਬਿਕ ਹੋ ਰਿਹਾ ਹੈ। ਪਿੰਡ ਸਿਲਕਿਆਣੇ ਦੀ ਖੱਡ ਹੈ, ਇਹ ਜਲੰਧਰ ਵਿੱਚ ਆਉਂਦੀ ਹੈ। ਅਸੀਂ ਇਹ ਸ਼ਾਮ ਸੁੰਦਰ ਅਰੋੜਾ ਜੀ ਤੋਂ ਲਈ ਹੋਈ ਹੈ ਖੱਡ, ਉਹਨੇ ਵਿਆਪ 'ਤੇ ਅਸੀਂ ਚਲਾ ਰਹੇ ਹਾਂ, ਅਤੇ ਇਹ ਖੱਡ ਜਿਹੜੀ ਜੈਨੂਨ ਖੱਡ ਅਸੀਂ ਚਲਾ ਰਹੇ ਹਾਂ ਜੈਨੂਨ ਜਗ੍ਹਾ 'ਤੇ। 2023 ਤੱਕ ਲਈ ਸਾਨੂੰ ਇਸ ਦਿੱਤੀ ਗਈ ਹੈ ਸਰਕਾਰ ਵੱਲੋਂ। ਮੰਨ ਕਿਹੜੇ ਪਿੰਡ ਦੀ ਖੱਡ ਆ ਅਤੇ ਸਿਲਕਿਆਣੇ ਪਿੰਡ ਦੀ ਕਿੰਨੀ ਜਗ੍ਹਾ ਹੈਗੀ ਜੀ? 14 ਏਕੜ ਦੀ। 200 ਰੁਪਏ ਸੈਂਕੜੇ ਦੇ ਹਿਸਾਬ ਨਾਲ ਟਿੱਪਰ ਜਾ ਰਹੇ ਨੇ। 200 ਰੁਪਏ ਸੈਂਕੜਾ ਭਰਦੇ ਜੀ ਆਪਾਂ, ਇਹ ਕੋਈ ਮਤਲਬ ਜੈਨੂਨ ਕੰਮ ਹੈ ਜੀ, ਕੋਈ ਇੱਦਾਂ ਦਾ ਕੰਮ ਨਹੀਂ। ਬਹੁਤ ਬੰਦੇ ਰੁਜ਼ਗਾਰ ਵਧੀਆ ਖਾ ਰਹੇ, ਰੋਟੀ ਖਾ ਰਹੇ, ਕਿਸੇ ਗੱਲ ਦੀ ਕੋਈ ਮੁਸ਼ਕਲ ਨਹੀਂ। ਰਾਹ ਬਹੁਤ ਵਧੀਆ ਭਾਅ ਜੀ, ਅਸੀਂ ਡਰਾਈਵਰ ਬੰਦੇ ਆ ਜੀ, ਕੋਈ ਸਾਨੂੰ ਕੋਈ ਤਰ੍ਹਾਂ ਮੁਸ਼ਕਲ ਨਹੀਂ ਹੈਗੀ, ਅਸੀਂ ਆਪਣਾ ਵਧੀਆ ਬੱਚਿਆਂ ਨੂੰ ਆਪਣੀ ਰੋਟੀ ਦੇ ਰਹੇ ਹਾਂ ਜੀ। ਇੱਥੇ ਟੱਕ 'ਤੇ ਕੰਮ ਕਰਦੇ ਅਸੀਂ ਭਰਾਈ ਦਾ। ਅੱਛਾ, ਕਿੰਨਾ ਕੁ ਰੋਜ਼ਗਾਰ ਮਿਲਿਆ ਤੁਹਾਨੂੰ ਇੱਥੇ? ਬਹੁਤ ਵਧੀਆ ਦਿਹਾੜੀ ਤਾਂ ਭਾਅ ਜੀ, ਹਿਸਾਬ ਨਾਲ ਬਣਦਾ, ਰੋਟੀ ਪਾਣੀ ਤੁਰਿਆ ਸਾਡਾ। ਇਹ ਦ੍ਰਿਸ਼ ਕਾਫੀ ਨੇ ਬਾਕੀ ਦੀ ਕਹਾਣੀ ਬਿਆਨ ਕਰਨ ਦੇ ਲਈ, ਪਰ ਇਸ ਸਭ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਅਤੇ ਲੋਕਾਂ ਦਾ ਭਰੋਸਾ ਅਤੇ ਸਬਰ ਦੋਵੇਂ ਜਵਾਬ ਦਿੰਦੇ ਜਾ ਰਹੇ ਨੇ। ਜਿਹੜਾ ਭਾਈ ਰੇਤਾ ਆਪਣਾ ਬਹੁਤ ਮਹਿੰਗਾ ਮਿਲ ਰਿਹਾ ਸਰਕਾਰ ਦੇ ਤੋਂ, ਟਿੱਪਰ ਸਾਡਾ 2000 ਦਾ ਆਉਂਦਾ, ਪਰ ਇਹ 30-35 ਹਜ਼ਾਰ ਟਿੱਪਰ ਦੇ ਰਹੇ ਆ। ਆਪਾਂ ਇਹ ਰਿਕੁਐਸਟ ਹੈ ਸਾਨੂੰ ਰੇਤਾ ਸਹੀ ਰੇਟ 'ਤੇ ਦੇ ਜਾਵੇ। ਇਹ ਸਭ ਕੁਝ ਬੰਦ ਹੋਣਾ ਚਾਹੀਦਾ, ਠੀਕ ਹੈ ਜੀ, ਕਿਉਂ ਸ਼ਰੇਆਮ ਲੁੱਟਖੋਰ ਹੋ ਰਹੀਆਂ ਨੇ, ਠੀਕ ਹੈ। ਜੋ ਸਰਕਾਰੀ ਰੇਟ ਆ 2-3 ਹਜ਼ਾਰ, ਓਕੇ, ਉਹ ਆਪਾਂ ਬਾਹਰ ਲੈਣ ਜਾਂਦੇ ਹਾਂ ਤਾਂ ਆਪਾਂ ਨੂੰ 20-25 ਹਜ਼ਾਰ ਤੱਕ ਮਿਲਦਾ, ਇਹ ਬਹੁਤ ਰੋਂਗ ਆ। ਪੱਟਿਆ ਜਾ ਰਿਹਾ ਇਹ ਰੇਤਾ ਸੀਲ ਕਹਿਣੇ ਤੋਂ ਸ਼ੁਰੂ ਹੋ ਕੇ ਜੀ ਰੈਪੁਰ ਪਹੁੰਚ ਗਿਆ, ਰੈਪੁਰ ਤੋਂ ਅੱਗੇ ਜੀ ਰਜੌਰੀ ਪਹੁੰਚ ਗਿਆ, ਹੁਣ ਕੜਿਆਨ ਦੀ ਹੱਦ ਤੱਕ ਰੇਤਾ ਚੱਲ ਗਿਆ ਜੀ, ਜਿਹੜਾ ਕਿ ਸਰਾਸਰ ਗਲਤ ਹੈ। 3-4 ਖੇਤਾਂ ਦੇ ਵਿੱਚ ਇਹਦੀ ਮਨਜ਼ੂਰੀ ਮਿਲੀ ਹੈ ਜੀ ਗੌਰਮੈਂਟ ਵੱਲੋਂ, ਇਹਨਾਂ ਨੂੰ ਜੀ ਰੈਪੁਰ ਦੀ ਕੋਈ ਮਨਜ਼ੂਰੀ ਨਹੀਂ ਹੈਗੀ। ਜਦ ਸਾਡੀ ਟੀਮ ਸੇਲਕਿਆਣਾ ਖੱਡ ਦੀ ਫੇਰੀ 'ਤੇ ਸੀ ਤਾਂ ਪਤਾ ਲੱਗਿਆ ਕਿ ਡਿਪਟੀ ਕਮਿਸ਼ਨਰ ਵੀ ਖੱਡ ਦੀ ਫੇਰੀ 'ਤੇ ਆ ਰਹੇ ਨੇ, ਪਰ ਕੁਝ ਦੇਰ ਬਾਅਦ ਹੀ ਸੂਚਨਾ ਆਈ ਕਿ DC ਸਾਹਿਬ ਨਹੀਂ ਆ ਰਹੇ।
ਸ਼ਾਇਦ ਉਹਨਾਂ ਲਈ ਇਹ ਮੁੱਦਾ ਗੰਭੀਰ ਨਾ ਹੋਵੇ, ਪਰ ਲੋਕਾਂ ਦੀ ਪਰੇਸ਼ਾਨੀ ਵੱਲ ਕੌਣ ਧਿਆਨ ਦੇਵੇਗਾ। ਇੰਤਜ਼ਾਰ ਕਰ ਰਹੇ ਨੇ ਸਥਾਨਕ ਲੋਕ। ਚਾਹੀਦਾ ਹੈ ਕਿ ਡੀਸੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਤਾਂ ਜੋ ਸਰਕਾਰ ਨੂੰ ਲੱਗ ਰਿਹਾ ਕਰੋੜਾਂ ਰੁਪਏ ਦਾ ਚੂਨਾ ਬਲੈਕਿਆਂ ਦੀ ਜੇਬ ਵਿੱਚ ਨਾ ਜਾ ਕੇ ਸਰਕਾਰੀ ਖਜ਼ਾਨੇ ਵਿੱਚ ਜਾਵੇ।